ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪੰਜਾਬੀ ਮੀਨੀਆ ਤੇ ਆਪਣੇ ਫੋਨ ਤੇ ਨਵੀਆਂ ਵੀਡੀਓਜ਼ ਦੇਖਣ ਦੇ ਲਈ ਹਿੱਟ ਕਰੋ ਬੈਲ ਆਈਕਨ। ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਪੰਜਾਬੀ ਮੀਨੀਆ ਤੇ ਅੱਜ ਤੁਹਾਡੀ ਮੁਲਾਕਾਤ ਕਰਨ ਜਾ ਰਿਹਾ ਉਸ ਸ਼ਖਸੀਅਤ ਨਾਲ ਜਿਹੜੇ ਦਿਲ ਦੇ ਨੇ ਜਵਾਨ, ਹਾਂਜੀ ਜਿਹੜੇ ਦਿਲ ਦੇ ਨੇ ਜਵਾਨ, ਪੰਜਾਬੀ ਗਾਇਕੀ ਦੇ ਸਰਮੋਹ ਨੇ ਤੇ ਹੈਗੇ ਨੇ ਪੂਰੀ ਪੰਜਾਬ ਦੀ ਸ਼ਾਨ, ਵਨ ਐਂਡ ਓਨਲੀ ਹਰਭਜਨ ਮਾਨ। ਮਾਨ ਜੀ, ਵੈਲਕਮ ਟੂ ਪੰਜਾਬੀ। ਥੈਂਕ ਯੂ ਸੋ ਮਚ ਸਭ ਨੂੰ ਮੇਰੇ ਵੱਲੋਂ ਬਹੁਤ ਪਿਆਰ ਜੀ, ਬਹੁਤ ਬਹੁਤ ਥੈਂਕ ਯੂ ਸੋ ਮਚ। ਇੰਨੇ ਟਾਈਮ ਬਾਅਦ ਦਰਸ਼ਕਾਂ ਨੂੰ ਦਰਸ਼ਨ ਦੇ ਰਹੇ ਹੋ, ਹਾਲੇ ਵੀ ਇੰਨੇ ਫਰੈਸ਼ ਕਿਵੇਂ? ਮੈਂ ਪਹਿਲੀ ਗੱਲ ਤਾਂ ਹੀ ਮੈਂ ਸ਼ੁਕਰਗੁਜ਼ਾਰ ਹਾਂ ਕਿ ਮੈਨੂੰ ਇੰਨੀ ਦੇਰ ਬਾਅਦ ਵੀ ਮੌਕਾ ਮਿਲ ਰਿਹਾ ਹੈਗਾ ਜੀ। ਆਈ ਥਿੰਕ ਮੇਰਾ ਇੱਕ ਜਿਵੇਂ ਜਿਹੜੀ ਚਾਹ ਐਕਸਾਈਟਮੈਂਟ ਬਹੁਤ ਸਾਲਾਂ ਦੀ ਸੀਗੀ, ਇੱਕ ਵਾਰ ਫਿਰ ਆਈ ਹੋਪ ਕਿ ਬਿਫੋਰ ਆਈ ਰਿਟਾਇਰ ਆਈ ਮੂਵ ਅਵੇ ਫਰੋਮ ਦਾ ਇੰਡਸਟਰੀ ਐਂਡ ਦਾ ਲਾਈਮਲਾਈਟ ਕਿ ਆਈ ਇੱਕ ਵਾਰ ਫਿਰ ਮੈਨੂੰ ਮਨਮੋਹਨ ਜੀ ਨਾਲ ਫਿਲਮ ਕਰੀਏ ਇਕੱਠੇ। ਤੋ ਅੱਜ ਜਿਵੇਂ ਬੱਚੇ ਦਾ ਇੱਕ ਸੁਪਨਾ ਪੂਰਾ ਹੁੰਦਾ ਜੀ, ਤੋ ਆਈ ਗੈਸ ਦਰ ਐਕਸਾਈਟਮੈਂਟ ਐਨਰਜੀ ਜਿਹੜੀ ਅੱਜ ਉਹ ਬਹੁਤ ਜ਼ਿਆਦਾ ਹੈਗੀ ਜੀ। ਤੁਸੀਂ ਹੁਣ ਬਹੁਤ ਟਾਈਮ ਬਾਅਦ ਫਿਰ ਤੋਂ ਇੱਕ ਬੜਾ ਵਧੀਆ ਪ੍ਰੋਜੈਕਟ ਲੈ ਕੇ ਆਏ ਹੋ ਅਤੇ ਪੰਜਾਬੀ ਆਡੀਅੰਸ ਜਦੋਂ ਤੁਸੀਂ ਆਏ ਹੋ ਤੁਹਾਨੂੰ ਬੜੇ ਦਿਲ ਨਾਲ ਅਸੈਪਟ ਕੀਤਾ, ਬੜਾ ਖੁੱਲ੍ਹੇ ਦਿਲ ਨਾਲ ਪਿਆਰ ਦਿੱਤਾ, ਇਸ ਵਾਰ ਤੁਸੀਂ ਕੀ ਨਇਆ ਲੈ ਕੇ ਆ ਰਹੇ? ਦੇਖੋ ਫਿਲਮ ਦੇ ਵਿੱਚ ਜੋ ਲੈ ਕੇ ਆ ਰਹੇ ਹਾਂ, ਇੱਕ ਤਾਂ ਇਹ ਕਿ ਉਹ ਪੰਜਾਬੀਆਂ ਦੀ ਫਿਲਮ, ਜਦੋਂ ਇੱਕ ਰੀਜਨਲ ਫਿਲਮ ਹੋਵੇ ਤਾਂ ਉਹ ਲੋਕਾਂ ਦਾ ਜਿਹੜਾ ਪਹਿਰਾਵਾ, ਬਹਿਣ ਉੱਠਣ, ਉਹਨਾਂ ਦਾ ਗੱਲਬਾਤ ਦਾ ਲਹਿਜ਼ਾ, ਸਾਰਾ ਚੀਜ਼ਾਂ ਜ਼ੁਬਾਨ, ਉਹ ਉਹਨਾਂ ਨੂੰ ਆਪਦੀ ਲੱਗਣੀ ਚਾਹੀਦੀ ਹੈ। ਫਿਰ ਜਿਹੜੀ ਫਿਲਮ ਦੇ ਵਿੱਚ ਇੰਸੀਡੈਂਟਸ ਨੇ, ਜਿਹੜੀ ਸਟੋਰੀ ਆ, ਪਾਤਰ ਨੇ, ਦੈਟ ਸਮਥਿੰਗ ਵੀ ਕੈਨ ਆਰ ਰਿਲੇਟ, ਤੁਹਾਨੂੰ ਲੱਗੇ ਯਾਰ ਆਹ ਕਹਾਣੀ ਤਾਂ ਜਿਵੇਂ ਮੇਰੀ ਹੈ, ਕਿਸੇ ਚੀਜ਼ ਨੂੰ ਦੇਖ ਤੁਹਾਨੂੰ ਹਾਸਾ ਆਉਂਦਾ, ਕਿਸੇ ਚੀਜ਼ ਤੋਂ ਤੁਹਾਨੂੰ ਰੋਣਾ ਕਿ ਯਾਰ ਆਹ ਤਾਂ ਮੇਰੀ ਜ਼ਿੰਦਗੀ ਨਾਲ ਜੁੜਾ ਹੋਇਆ ਹੈ। ਤੋ ਇੱਕ ਪੰਜਾਬੀਆਂ ਦੀ ਕਹਾਣੀ ਹੈ, ਦੈਨ ਸੇਮ ਟਾਈਮ ਆਈ ਆਲਵੇਜ਼ ਵੈਰੀ ਸਟਰੋਂਗਲੀ ਸੇ ਕਿ ਜਿਹੜਾ ਆਰਟਿਸਟ ਆ, ਫਿਲਮ ਮੇਕਿੰਗ ਆ, ਉਹ ਇੱਕ ਤੁਹਾਡੀ ਇੱਕ ਸੋਸ਼ਲ ਓਬਲੀਗੇਸ਼ਨ ਵੀ ਹੈ ਕਿ ਉਹ ਜਿਹੜਾ ਲੋਕਾਂ ਪ੍ਰਤੀ ਤੁਹਾਡਾ ਕਿ ਜਿਹੜੇ ਯੂਥ ਨੂੰ ਅਸੀਂ ਦੇ ਰਹੇ ਹਾਂ ਕਿ ਕੀ ਨਿਰਾਪੁਰਾ ਅਸੀਂ ਇੰਟਰਟੇਨਮੈਂਟ ਵਿੱਚ ਕੁਛ ਐਸਾ ਤਾਂ ਨਹੀਂ ਉਹਨਾਂ ਨੂੰ ਪਰੋ ਕੇ ਦੇ ਰਹੇ, ਕਿਉਂਕਿ ਐਸੀ ਇੱਕ ਉਮਰ ਹੁੰਦੀ ਹੈ ਉਦੋਂ ਕਿ ਉਹ ਕੁਛ ਵੀ ਗ੍ਰਹਿਣ ਕਰ ਲੈਂਦੇ ਆ। ਤੋ ਆਈ ਥਿੰਕ ਸਾਡੀ ਪੂਰੀ ਕੋਸ਼ਿਸ਼ ਹੋਏਗੀ ਕਿ ਮਿਊਜ਼ੀਕਲੀ, ਇਮੋਸ਼ਨਲੀ, ਕੌਮੇਡੀ, ਹਰ ਚੀਜ਼ਾਂ ਜਿਹੜੀ ਇਹ ਫਿਲਮ ਹੈਗੀ ਕਿ 2 ਘੰਟੇ ਆਡੀਅੰਸ ਨੂੰ ਪਤਾ ਹੀ ਨਾ ਲੱਗੇ ਕਿ ਫਿਲਮ ਕਦ ਸ਼ੁਰੂ ਹੋਈ ਕਦ ਖਤਮ। ਜੇ ਤੁਸੀਂ ਗੱਲ ਕਰੀਏ, ਤੁਸੀਂ ਮੈਂਸ਼ਨ ਕੀਤਾ ਕੌਮੇਡੀ, ਅੱਜ ਕੱਲ੍ਹ ਜਿਹੜੀ ਪੰਜਾਬੀ ਇੰਡਸਟਰੀ ਹੈ ਉਹ ਪੰਜਾਬੀ ਆਡੀਅੰਸ ਵੀ ਕੌਮੇਡੀ ਫਿਲਮਾਂ ਨੂੰ ਬੜਾ ਫੇਵਰ ਕਰਦੀ ਆ, ਅਤੇ ਜਿਹੜੀ ਤੁਹਾਡੀ ਮੂਵੀਜ਼ ਹੁੰਦੀਆਂ ਸੀ ਨਾ, ਤੁਸੀਂ ਤੁਹਾਡਾ ਮੇਨ ਪਲੋਟ ਪਿਆਰ ਹੁੰਦਾ ਸੀ, ਕੌਮੇਡੀ ਵੀ ਹੁੰਦੀ ਸੀ, ਪਰ ਤੁਹਾਡਾ ਮੇਨ ਪਲੋਟ ਉਹ ਪਿਆਰ, ਉਹ ਬੜੀ ਨਿੱਕੀ ਨਿੱਕੀ ਸ਼ਰਾਰਤਾਂ। ਅੱਜ ਕੱਲ੍ਹ ਪੰਜਾਬੀ ਐਂਡ ਪੰਜਾਬੀ ਆਡੀਅੰਸ ਕੌਮੇਡੀ ਨੂੰ ਬੜਾ ਪਿਆਰ ਕਰਦੀ ਹੈ, ਉਹ ਡਿਫਰੈਂਸ ਕਿਵੇਂ ਆਇਆ ਆਡੀਅੰਸ? ਆਈ ਥਿੰਕ ਹਾਸਾ ਪੰਜਾਬੀਆਂ ਦੀ ਜ਼ਿੰਦਗੀ ਦਾ ਪਹਿਲਾਂ ਤੋਂ ਬਹੁਤ ਇੱਕ ਅਹਿਮ ਹਿੱਸਾ, ਪੰਜਾਬੀ ਖੁੱਲ੍ਹੇ ਸੁਭਾਅ ਦੇ, ਪੰਜਾਬੀ ਹੱਸਦੇ, ਕਿਹੜੇ ਲੋਕ ਆ ਜਿਹੜੇ ਆਪਣੇ ਆਪ 'ਤੇ ਹੱਸਣਾ ਜਾਣਦੇ, ਉਹ ਅਕਸਰ ਪੰਜਾਬੀ ਹੈ। ਤੋ ਕੌਮੇਡੀ ਹਮੇਸ਼ਾ ਹੀ ਬੜੀ ਭਾਰੂ ਰਹੀ। ਮੇਹਰ ਮਿੱਤਲ ਸਾਹਿਬ ਇਸ ਇੱਕ ਸਾਡੇ ਕਮੇਡੀਅਨ ਹੁੰਦੇ ਸੀ ਕਿ ਜਿਨ੍ਹਾਂ ਦੇ ਬਗੈਰ ਫਿਲਮਾਂ ਜਿਹੜੀ ਉਹ ਡਿਸਟ੍ਰੀਬਿਊਟਰ ਖਰੀਦਦੇ ਵੀ ਨਹੀਂ ਹੁੰਦੇ ਸੀ। ਤੋ ਮਾਂਜੀ ਫਿਲਮਾਂ ਦੇ ਵਿੱਚ ਗੁਰਪ੍ਰੀਤ ਘੁੱਗੀ ਜੀ, ਬਿੰਨੂ ਢਿੱਲੋਂ, ਰਣਬੀਰ ਰਾਣਾ, ਇਹ ਸਾਰੇ ਇੰਟਰੋਡਿਊਸ ਹੀ ਮਾਂਜੀ ਦੀਆਂ ਫਿਲਮਸ ਦੇ ਵਿੱਚ ਹੋਏ। ਤੋ ਹਮੇਸ਼ਾ ਮਾਂਜੀ ਨੇ ਕੌਮੇਡੀ ਨੂੰ ਬਹੁਤ ਅਹਿਮ ਰੱਖਿਆ, ਲੇਕਿਨ ਉਹਦੇ ਨਾਲ ਨਾਲ ਜਿਵੇਂ ਕਿ ਸਾਰਾ ਦਿਨ ਅਸੀਂ ਹੱਸਦੇ ਨਹੀਂ, ਸਾਰਾ ਦਿਨ ਅਸੀਂ ਰੋਂਦੇ ਨਹੀਂ। ਤੋ ਇੱਕ ਫਿਲਮ ਦੇ ਵਿੱਚ ਇੱਕ ਪੂਰਾ ਜਿਹੜੇ ਜ਼ਿੰਦਗੀ ਨਜ਼ਰ ਆਉਣੀ ਚਾਹੀਦੀ ਹੈ, ਇਹਦੇ ਵਿੱਚ ਖੂਬ ਹਾਸਾ ਹੋਏਗਾ। ਇਸੇ ਕਰਕੇ ਅਸੀਂ ਨਾਲ ਗੁਰਪ੍ਰੀਤ ਘੁੱਗੀ ਜੀ ਨੇ, ਰਣਬੀਰ ਰਾਣਾ ਹੋ ਰਹੀ ਆ, ਸਰਦੂਲ ਸਿਕੰਦਰ, ਇੰਨੇ ਕਮਾਲ ਦੇ ਭਾਜੀ ਹੋਈ ਕਮੇਡੀਅਨ ਨੇ ਉਹ ਸਟੇਜ 'ਤੇ ਤੁਹਾਨੂੰ ਨਜ਼ਰ ਆਉਣਗੇ ਜੀ। ਸੋ ਇੱਕ ਹਰ ਚੀਜ਼ਾਂ ਦਾ ਇੱਕ ਕੰਪਲੀਟ ਜਿਹਨੂੰ ਅਸੀਂ ਫਿਲਮ ਕਹਿੰਦੇ ਹਾਂ, ਪੈਕੇਜ ਹੈ। ਅਤੇ ਹੁਣ ਗੱਲ ਕਰੀਏ ਮੈਂਡੀ ਜੀ, ਤੁਸੀਂ ਇਸ ਪ੍ਰੋਜੈਕਟ ਤੋਂ ਪਹਿਲਾਂ ਉਹਨਾਂ ਤੋਂ ਕੋਈ ਕੰਮ ਦੇਖਿਆ ਹੋਇਆ ਸੀ ਕਿਸੇ ਵੀ ਮੂਵੀ 'ਚ? ਆਏ ਮੈਂ ਸਾਡੀ ਫਿਲਮ ਦੀ ਜਿਹੜੀ ਹੁੰਦੀ ਹੈ ਜੀ ਕਾਸਟਿੰਗ, ਮੈਂ ਕਦੇ ਉਹਦੇ ਵਿੱਚ ਨਹੀਂ ਦਖਲ ਅੰਦਾਜ਼ੀ ਕਰਦਾ। ਤੋ ਮਾਂਜੀ ਦੇ ਇੱਕ ਦਿਮਾਗ ਦੇ ਵਿੱਚ ਸਾਰੇ ਕੈਰੇਕਟਰ ਜਿਹੜੇ 2-2.5 ਸਾਲਾਂ ਤੋਂ ਲੱਗੇ ਹੋਏ, ਉਹਨਾਂ ਨੇ ਆਪਣੇ ਦਿਮਾਗ ਵਿੱਚ ਘੜੇ ਹੋਏ ਹੈਗੇ ਕਿ ਇਹ ਚਿਹਰਾ ਇਸ ਨੂੰ ਸੂਟ ਕਰੇਗਾ, ਚਿਹਰਾ ਇਸ ਚੀਜ਼ ਨੂੰ ਸੂਟ ਕਰੇਗਾ। ਅਤੇ ਸੋ ਮਾਂਜੀ ਉਹਨਾਂ ਨੇ ਜਦੋਂ ਡਿਸਾਈਡ ਕੀਤਾ ਤਾਂ ਆਈ ਫੈਲਟ ਕਿ ਬਹੁਤ ਸੋਚ ਕੇ ਮਾਂਜੀ ਨੇ ਫੈਸਲਾ ਲਿਆ ਹੋਏਗਾ ਜੀ। ਅਤੇ ਹੁਣ ਗੱਲ ਕਰੀਏ ਗਾਇਕੀ ਦੀ, ਤੁਸੀਂ ਇਸ ਵਾਰ ਜਿਵੇਂ ਹੁਣ ਜਿਹੜਾ ਯੂਥ ਹੈ ਉਹ ਰੈਪ ਨੂੰ, ਇਹ ਹਿਪ ਹੋਪ ਬਹੁਤ ਪਸੰਦ ਕਰਦਾ, ਤੁਸੀਂ ਫੋਕ 'ਚ ਬਹੁਤ ਜ਼ਿਆਦਾ ਵਧੀਆ ਉਹ ਇੰਡਸਟਰੀ ਨੂੰ ਗਾਣੇ ਦਿੱਤੇ ਹੋਏ ਆ, ਇਸ ਫਿਲਮ 'ਚ ਕਿਸ ਤਰ੍ਹਾਂ ਦੀ ਫੋਕ ਗਾਣੇ ਨੇ, ਕਿਸ ਤਰ੍ਹਾਂ ਦੀ ਗਾਇਕੀ? ਅਸੀਂ ਇੱਕੋ ਚੀਜ਼ ਜਿਹੜੀ ਅੱਜ ਜਿੱਥੇ ਬਾਕੀ ਸਾਰੀ ਟੀਮ ਇੰਟਰੋਡਿਊਸ ਕੀਤੀ, ਅਸੀਂ ਅੱਜ ਕਿਸੇ ਮਿਊਜ਼ਿਕ ਡਾਇਰੈਕਟਰ ਦਾ ਜੇ ਮੈਂਸ਼ਨ ਨਹੀਂ ਕੀਤਾ। ਸੋ ਵੀ ਕੀਪਿੰਗ ਆਲ ਦਾ ਆਪਸ਼ਨਸ ਓਪਨ ਕਿ ਜਿਹੜਾ ਕੰਨਾਂ ਨੂੰ ਅੱਜ ਦੇ ਯੂਥ ਨੂੰ ਕੀ ਚੰਗਾ ਲੱਗਦਾ, ਦਰ ਵੀ ਸ਼ੁੱਡ ਬੀ ਏਬਲ ਟੂ ਐਕਸਪੈਰੀਮੈਂਟ ਵਿਦ ਦੈਟ
ਕਿ ਅਲੱਗ ਅਲੱਗ ਮੇ ਵੀ ਅਲੱਗ ਅਲੱਗ ਮਿਊਜ਼ੀਸ਼ੀਅਨ ਮਿਊਜ਼ਿਕ ਡਾਇਰੈਕਟਰਸ ਤੋਂ ਗਾਣੇ ਕਰਵਾਈਏ, ਮੇ ਵੀ ਇੱਕ ਤੋਂ ਕਰਵਾਈਏ, ਸੋ ਦੈਟ ਆਪਸ਼ਨ ਇਜ਼ ਓਪਨ। ਅਤੇ ਹਰਭਜਨ ਜੀ, ਜਿਵੇਂ ਗੱਲ ਕਰੀਏ ਹੁਣ ਗਾਇਕੀ ਦੀ, ਅੱਜ ਕੱਲ੍ਹ ਜਿਹੜਾ ਯੂਥ ਹੈ ਨਾ, ਉਹ ਹੈ ਗੈਂਗਸਟਰ, ਕੁੜੀ ਛੱਡ ਗਈ ਆ ਗਈ, ਉਹ ਗਾਣਿਆਂ 'ਤੇ ਜ਼ਿਆਦਾ ਫੋਕਸ ਕਰਦਾ। ਜਿਹੜੇ ਤੁਹਾਡੇ ਗਾਣੇ ਸੀ ਉਹ ਬੜੇ ਮਤਲਬ ਪਿਆਰ ਦੀਆਂ ਸ਼ਰਾਰਤਾਂ, ਬੜੀ ਪਿਆਰੇ ਹਰਕਤਾਂ ਵਾਲੇ ਗਾਣੇ ਹੁੰਦੇ ਸੀ, ਤੁਹਾਨੂੰ ਕੀ ਲੱਗਦਾ ਇਹ ਜਿਹੜਾ ਯੂਥ ਅੱਜ ਦੇ ਗਾਣੇ ਸੁਣ ਰਿਹਾ ਉਹ ਠੀਕ ਨੇ ਕਿ ਨਹੀਂ ਹੈ? ਮੇਰੇ ਖਿਆਲ ਯੂਥ ਜਿੰਨਾ ਕੁ ਸੀਰੀਅਸਲੀ ਉਹ ਗਾਣੇ ਬਣਾਏ ਜਾਂਦੇ ਆ ਉਨਾ ਕੁ ਸੀਰੀਅਸਲੀ ਉਹਨੂੰ ਲੈਂਦਾ। ਆਈ ਹੈਵ ਸੀਨ ਸੋ ਮੈਨੀ ਯੰਗਸਟਰਸ ਇਨ ਮਾਈ ਓਨ ਫੈਮਿਲੀ, ਉਹ ਗਾਣੇ ਸੁਣ ਵੀ ਰਹੇ ਨੇ ਅਤੇ ਉਦੋਂ ਹੱਸ ਵੀ ਰਹੇ ਹੁੰਦੇ ਹੈਗੇ ਜੀ। ਤੋ ਆਈ ਥਿੰਕ ਇੱਕ ਉਹ ਸਿਰਫ ਉਹਨੂੰ ਇੱਕ ਲਾਈਟਲੀ ਜਾਂ ਐਂਟਰਟੇਨਮੈਂਟ ਦੇ ਤੌਰ 'ਤੇ ਲੈਂਦੇ ਆ ਜੀ। ਅਗਰ ਯੂਥ ਅੱਜ ਅੱਛਾ ਗਾਣਾ ਸੁਣਦਾ ਹੀ ਨਾ ਹੋਵੇ ਤਾਂ ਹਾਓ ਵੁਡ ਆਈ ਹੈਵ ਸਰਵਾਈਵਡ ਆਫਟਰ ਆਲ ਦੀਸ ਈਅਰਸ। ਮੈਂ ਅੱਜ ਵੀ ਸਾਰੇ ਕਹਿੰਦੇ ਜੀ ਪਿਛਲੇ ਸਾਲ ਤੁਸੀਂ ਬਹੁਤ ਜ਼ਿਆਦਾ ਸ਼ੋਅ ਕੀਤੇ, ਮੈਂ ਟੂਰ ਕਰਦਾ। ਤੋ ਆਈ ਥਿੰਕ ਆਡੀਅੰਸ ਬਹੁਤ ਸਿਆਣੀ ਹੁੰਦੀ ਹੈ ਜੇ ਉਹੀ ਯੂਥ ਅੱਜ ਕੀ ਯਾਰ ਬੁੱਲਿਆ ਨਹੀਂ ਸੁਣਦਾ, ਸੁਣਦਾ ਹੀ ਨਾ ਜੀ। ਸੋ ਸਾਡੇ 'ਚੋਂ ਸੁਣਾਉਣ ਲਈ ਵੀ ਦਮ ਹੋਣਾ ਚਾਹੀਦਾ। ਥੋੜ੍ਹਾ ਸੁਣਾਓ ਵੀ ਸਾਡੀ ਆਡੀਅੰਸ ਨੂੰ ਕੁਛ ਥੋੜ੍ਹਾ ਜਿਹਾ। ਮੇਰਾ ਹੁਣ ਪਿੱਛੇ ਗਾਣਾ ਸੀ ਜੀ, ਆਈ ਥਿੰਕ ਫਸਟ ਪੰਜਾਬੀ ਸੌਂਗ ਹੈ, ਬਟ ਆਈ ਸ਼ਾਰਟ ਇਨ ਸੈਂਟੋਰੀਨੀ ਗ੍ਰੀਸ। ਬੜਾ ਖੂਬਸੂਰਤ ਗਾਣਾ, ਉਹ 'ਚ ਸ਼ਾਇਰੀ ਦੇਖੋ ਤੁਸੀਂ, ਕਮਾਲ ਦੀ ਮਾਨ ਸਾਹਿਬ ਨੇ ਲਿਖੀ ਔਰ ਉਹ ਗਾਣਾ ਸੁਪਰ ਹਿੱਟ ਹੈ ਜੀ। ਆਪਾਂ ਕਹਿੰਦੇ ਨਾ ਵੀ ਸ਼ਾਇਰੀ ਅੱਜ ਆਉਂਦੀ ਨੇ, ਉਹ 'ਚ ਹੈ ਕਿ ਤੁਸੀਂ ਕਣੀਆਂ 'ਚ ਭਿੱਜੀ ਹੋਈ ਧੁੱਪ ਵਰਗੇ, ਹਾਕਾ ਮਾਰ ਕੇ ਬੁਲਾਉਂਦੀ ਹੋਈ ਚੁੱਪ ਵਰਗੇ, ਸਾਨੂੰ ਹੜਾ ਬਿਨਾ ਬੋਲਿਆ, ਹਾਂ ਸਾਨੂੰ ਹੜਾ ਬਿਨਾ ਬੋਲਿਆ, ਬੁਲਾਇਆ ਨਾ ਕਰੋ, ਬੁਲਾਇਆ ਨਾ ਕਰੋ, ਟੁੱਟ ਜਾਣਗੇ ਜੀ ਬਹੁਤਾ ਛਣਕਾਇਆ ਨਾ ਕਰੋ, ਕੱਚੇ ਕੱਚ ਦੇ ਕੰਗਣ ਬਾਈ। ਬਹੁਤ ਵਧੀਆ ਲੱਗਿਆ ਤੁਹਾਨੂੰ ਫਿਰ ਤੋਂ ਸੁਣ ਕੇ, ਤੁਹਾਡੀ ਆਵਾਜ਼ 'ਚ ਹਲੇ ਵੀ ਉਹ ਨਾ ਉਹ ਹੈਗੀ ਆ, ਉਹ ਮਿਠਾਸ ਹਲੇ ਵੀ। ਆਪਾਂ ਬਿਲਕੁਲ ਚਾਹੁੰਦੇ ਹਾਂ ਕਿ ਤੁਸੀਂ ਫਿਰ ਤੋਂ ਆਓ, ਤੁਹਾਨੂੰ ਫਿਰ ਤੋਂ ਮਿਲੀਏ ਸਾਡੀ, ਉਹ ਤੁਹਾਨੂੰ ਫਿਰ ਨੂੰ ਰੂਬਰੂ ਹੋਏ। ਅਤੇ ਜਿਸ ਪਰ ਪੈਚ ਪੰਜਾਬੀ ਮੀਨੀਆ ਸਾਈਨਿੰਗ ਆਫ।